بسم اللہ الرحمن الرحیم. السلام علیکم ویورس, ویلکم ٹو بیک مائی نیو ولاگ. جی ویورس, چینل تے نوے نے جلدی جلدی ریڈ بٹن دبا کے چینل نو سبسکرائب کر دو, کیونکہ اج اسی تانوں گڑ بناواں. گڑ کانی کڈی تاں اسی آ گئے جی اج, تے فائنلی او گڑ کڈن لگے نے. ہن اسی او جگہ تے آ گئے ہاں, تے انہاں تیاری شروع وی کر دتی جی. ہن جانے ہاں گڑ بہانے ہاں تانوں نال لڑائی اے گڑ. ہاں جی, خود کڈواں اسی. ਅਸੀਂ ਪੰਜ ਛੇ ਦਿਨ ਚੱਕਾ ਲਾਉਂਦੇ ਰਹੇ ਹਾਂ ਇੱਥੇ. ਅਸੀਂ ਕਿਹਾ ਦੋਸਤਾਂ ਨਾਲ ਵੀਡੀਓ ਸ਼ੇਅਰ ਕਰੀਏ, ਲੇਕਿਨ ਉਹਨਾਂ ਨਹੀਂ ਕੱਢਿਆ. ਅੱਜ ਤਾਏ ਬੂਹਣਿਆਂ ਨੇ ਕੱਢਣਾ ਸੀ ਗੁੜ. ਤਾਏ ਬੂਹਣੇ ਇੱਥੇ ਗੰਨੇ ਲੈ ਕੇ ਆ ਗਏ ਨੇ, ਅਤੇ ਕੰਮ ਸ਼ੁਰੂ ਕਰ ਦਿੱਤਾ. ਅਸੀਂ ਉਹਨਾਂ ਦੇ ਮਗਰ ਹੀ ਆ ਗਏ ਹਾਂ. ਅਤੇ ਚਲੋ ਹੁਣ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ, ਤੁਸੀਂ ਜਲਦੀ ਜਲਦੀ ਚੈਨਲ ਸਬਸਕ੍ਰਾਈਬ ਕਰ ਦਿਓ. ਵੀਵਰ ਤੁਹਾਡੇ ਸਟਾਰਟ ਤਾਂ ਨਹੀਂ ਕਰਦੇ ਪਏ ਕੰਮ? ਆਹ ਵੇਖੋ ਇੱਧਰੋਂ ਦੀ ਧੂੰਆਂ ਨਿਕਲਦਾ ਅਜੇ. ਉਹ ਤਾਂ ਗੱਲ ਹੈ, ਰਾਤ ਨੂੰ ਉਹਨਾਂ ਨੇ ਕੱਢਣਾ ਹੋਵੇ ਤਾਂ ਇੱਧਰ ਲਾਈਟ ਲਾਈ ਜਾ. ਵੇਖੋ ਰਾਤ ਨੂੰ ਹੀ ਲੱਗਦਾ ਇੱਥੇ ਕੱਢਦੇ ਨੇ. ਨਹੀਂ ਛਡਾਉਣਾ ਵੀ ਨਹੀਂ ਕਿਸੇ ਨੇ. ਅਤੇ ਇੱਧਰੋਂ ਦੀ ਵੀ ਚੂੜਾ ਚੂੜਾ ਕੱਢੀ ਦਾ ਬਾਹਰ, ਉੱਧਰੋਂ ਦੀ ਲਾਈ ਦਾ. ਆਹ ਵੇਖੋ ਇੱਥੇ ਗੁੜ ਬਣਾਉਣਾ, ਸਾਰੇ ਖੜ੍ਹੇ ਨੇ ਤਾਂ ਸਟਾਰਟ ਨਹੀਂ ਕਰਦੇ ਵੇ. ਡੇਰੇ ਵਾਲੇ ਆਪਣਾ ਆਪਣਾ ਕੰਮ ਕਰਨ ਦੇ ਨੇ ਸਾਰੇ. ਚੱਲ ਦੇ ਦੇ ਗੇੜਾ, ਦੇ ਦੇ ਗੇੜਾ, ਨਹੀਂ ਦੇ ਦੇ ਗੇੜਾ, ਚੱਲ ਦੇ ਦੇ ਗੇੜਾ, ਚੱਲ ਆਸ਼ੂ ਟਾਸ ਨਹੀਂ ਸੁੱਟਣੀ. ਤੇ ਹੁਣ ਅਸੀਂ ਕਰਨੇ ਆ ਕੰਮ ਸ਼ੁਰੂ. ਢੀਲ ਗੇੜਾ ਦੇਣ ਲੱਗਾ ਬਿਸਮਿਲਾ ਕਰਕੇ. ਆਸ਼ੂ ਟਾਸ ਉੱਠ. ਤੇ ਵੀਵਰਸ, ਅੱਲਾ ਦੇ ਫਸਲੋ ਕਰਮ ਦੇ ਨਾਲ ਫੀਡਰ ਚਾਲੂ ਹੋ ਗਿਆ ਜੇ. ਤੇ ਇੱਧਰ ਗੰਨੇ ਲਾਉਂਦੇ ਪਏ ਨੇ ਸਾਰੇ. ਫਰੋ ਮਾਸ਼ਾ ਅੱਲਾ, ਇੱਧਰ ਗੰਨੇ ਲਾਉਂਦੇ ਪਏ ਨੇ. ਇਸ ਤਰੀਕੇ ਨਾਲ ਰੋਹ ਆਉਂਦੀ ਬਣ ਕੇ ਉਹ ਪੀਪੇ ਚਲੀ ਜਾਂਦੀ ਹੈ. ਅਤੇ ਦੂਜੀ ਸਾਈਡ 'ਤੇ ਆ ਵੇਖੋ, ਇੱਦਾਂ ਚਾਰਾ ਨਿਕਲਦਾ ਪਿਆ ਗੰਨੇ ਦਾ. ਇੱਥੋਂ ਫੜਫੜ ਸਾਈਡ 'ਤੇ ਘੱਲੀ ਜਾਈਦਾ. ਫੜ ਲੈ ਲੱਗਦਾ ਰੋਹ ਲੈ ਗਿਆ ਪੀਣ ਵਾਸਤੇ. ਠੰਡੀ ਠੰਡੀ ਰੋਜ਼ ਪੀ ਕੇ ਦੱਸ ਨਾ ਕਿਵੇਂ ਦੀ ਠੰਡੀ ਤੱਤੀ. ਮਤਾ ਹੀ ਆ ਗਿਆ ਠੰਡੀ. ਅੱਛਾ, ਠੰਡ ਪੈ ਗਈ ਅੰਦਰ. ਨਿੰਬੂ ਹੁੰਦਾ ਨਾ, ਨਿੰਬੂ ਹੋਰ ਵਧਾਉਣਾ ਸੀ. ਪਰ ਤਾਂ ਮੈਨੂੰ ਪਤਾ ਤੂੰ ਲਿਆ ਹੀ, ਹੁਣ ਪੀਤਾ ਨਹੀਂ ਜਾਂਦਾ. ਅਤੇ ਵੀਵਰ ਇੱਧਰ ਆ ਸਮਾਂਦਾ ਪਿਆ, ਦਿਲ ਕੋਲ ਪੀਤਾ ਨਹੀਂ ਜਾਂਦਾ ਵਾਵਾ ਠੰਡੀ ਹੈ. ਬੀਜ ਲੈਣੀ ਕਾਫੀ ਜ਼ਿਆਦਾ ਠੰਡੀ. ਮੁੱਛਾਂ ਬਣੀਆਂ, ਮੁੱਛਾਂ ਵਾ. ਆਹ ਵੇਖੋ ਦੀਦੀ ਮੁੱਛਾਂ ਬਣ ਗਈਆਂ. ਆਹ ਵੇਖੋ ਹੁਣ ਉਧਰੋਂ ਪੀਪੇ ਲੈ ਲੈ ਕੇ ਇਹਦੇ ਵਿੱਚ ਰੱਖਦੇ ਪਏ ਨੇ. ਇਹਨੂੰ ਫੁੱਲ ਭੰਨਣਾ ਆ ਕਰਾਣ ਨੂੰ. ਮਜ਼ਾ ਹੀ ਆ ਗਿਆ, ਮਜ਼ਾ ਹੀ. ਅਤੇ ਆਹ ਫੁੱਲ ਕੜਾਹ ਭੰਨਣਾ ਜੇ ਰੋਹ ਦੇ ਨਾਲ. ਉਹ ਉੱਧਰ ਰੋਹ ਨਿਕਲਦੀ ਵੀ ਪੀਪੇ ਭਰਦੇ ਪਏ ਨੇ. ਫੁੱਲ ਭਰ ਕੇ ਲਿਆ ਕੇ ਫਿਰ ਆਹ ਕੜਾਹ ਭਰਾਂਗੇ. ਫਿਰ ਇਹਦੇ 'ਚ ਉਹ ਤੋਂ ਬਾਅਦ ਇਹਦੇ 'ਚ ਸੱਟਣਗੇ, ਫਿਰ ਗੁੜ ਬਣੇਗਾ. ਵੱਧ ਗਿਆ ਡਰੰਮ 'ਚ, ਡਰੰਮ 'ਚ. ਹਜੇ ਥੱਲੇ ਅੱਗ ਨਹੀਂ ਬਾਲੀ, ਹਜੇ ਅੱਗ ਵੀ ਬਾਲਣੀ ਹੈ ਥੱਲੇ. ਬਾਕੀ ਸਾਰੇ ਡੇਰੇ ਵਾਲੇ ਆਪਣੇ ਆਪਣੇ ਕੰਮ 'ਤੇ ਲੱਗੇ. ਇੱਧਰ ਬਾਈਕ ਨੇ ਹੈਂ, ਇੱਧਰੋਂ ਦੀ ਸਵਾਹ. ਹਾਂਜੀ, ਇੱਧਰੋਂ ਦੀ ਅੱਗ. ਅਤੇ ਉਹ ਸਾਰਾ ਸਮਾਨ ਪਿਆ ਅੱਜ ਜਿਹਦੇ ਨਾਲ ਗੁੜ ਬਣਨਾ ਉਹ ਪੀਪੇ 'ਚ. ਠੰਡ ਬੜੀ ਬਾਬਾ ਜੀ, ਅੱਗ ਸੇਕਦੇ ਪਏ ਨੇ. ਆ ਵੇਖੋ ਖਰਗੋਸ਼ ਨਿੱਕੇ ਨਿੱਕੇ, ਹੈ ਇਹਨਾਂ ਦਾ ਕਾਰਡ ਬਣਿਆ ਜੇ ਖਰਗੋਸ਼ਾਂ ਦਾ. ਨਿੱਕੇ ਨਿੱਕੇ ਜੇ, ਆ ਵੇਖੋ ਬੱਚੇ ਜਦੋਂ ਵਿੱਚ ਵੜ ਗਏ ਨੇ. ਆ ਵੇਖੋ ਇਹਦਾ ਮੂੰਹ 'ਤੇ ਲੱਗਦਾ ਸੱਟ ਲੱਗੀ, ਕੁਛ ਹੋਇਆ. ਪੁੱਛੋ ਪੁੱਛੋ ਪੁੱਛੋ, ਇੱਧਰ ਆ, ਇੱਧਰ ਆ. ਬਹੁਤ ਸੋਫਟ ਸੋਫਟ ਮੁਲਾਇਮ ਨੇ. ਮੈਂ ਗੁੱਛੂ ਪੁੱਛੂ ਹੋ ਗਿਆ ਜੀ, ਮੈਂ ਹੱਥ ਲਾਇਆ ਤਾਂ ਇਕੱਠਾ ਹੋ ਗਿਆ ਜੀ ਇੱਕ ਵਾਰੀ. ਕਾਫੀ ਪਿਆਰੇ ਨੇ, ਵੱਡਿਆਂ ਨੂੰ ਫੜ ਸਕਦਾ. ਵਾਕਈ ਉਹਨਾਂ ਨੱਸ ਜਾਣਾ, ਨਿੱਕੇ ਬੱਚੇ ਨੇ ਜਦੋਂ ਲੱਗ ਬਹਿ ਗਏ ਨੇ. ਆਹ ਵੇਖੋ ਇਹਨਾਂ ਦਾ ਨਿੱਕਾ ਜਿਹਾ ਘਰ ਜੀ, ਇੱਕ ਉਹ ਅੰਦਰ ਬੈਠਾ ਅੱਜ. ਪੱਠੇ ਖਾਂਦੇ ਪਏ ਨੇ ਪੱਠੇ. ਇੱਧਰ ਅੱਗ ਸੇਕ ਲਈਏ, ਠੰਡ ਬੜੀ ਹੈ. ਅੱਗ ਬਾਲੀ ਬਾਬਾ ਜੀ ਨੇ ਇੱਧਰ, ਹੈ ਵੀ ਠੰਡ. ਕੰਮ ਸ਼ੁਰੂ ਹੋ ਗਿਆ ਜੀ ਗੋੜਾ ਲਾ, ਅੱਗ ਬਾਲ ਗਈ ਜੀ. ਆਹ ਵੇਖੋ ਇੱਕ ਪੂਲ ਉੱਤੇ ਚਾੜ ਦਿੱਤਾ. ਤੇ ਆਹ ਦੋ ਦੋ ਬੋਰਡ ਦੇ ਪਿੱਛੇ ਨੇ ਰੋਹ ਪੀਂਦੇ ਪਏ ਨੇ ਇੱਧਰ ਹਜੇ ਵੀ. ਅਤੇ ਇੱਥੋਂ ਅੱਗ ਸੇਕ ਜਾਂਦੀ ਜੀ, ਇੱਧਰੋਂ ਦੀ ਸੇਕ ਆਉਂਦਾ ਜੀ.
ਤੇ ਬਾਕੀ ਵੀਵਰਸ ਵੈਲਣਾ ਬੰਦ ਕਰ ਦਿੱਤਾ। ਆਹ ਵੇਖੋ ਇਹ ਖੋੜੀ 'ਚ ਗੰਨਿਆਂ ਦੀ ਇੱਧਰੋਂ ਨਿਕਲਦੀ ਸੀ ਜਿਹੜੀ ਇੰਨੀ ਨਿਕਲੀ ਜੇ ਦੋਸਤੋ ਮੈਂ ਇੱਕ ਮਰਤਬਾ ਫਿਰ ਰੋ ਪੀ ਬੈਠਾ ਅਤੇ ਠੰਡ ਲੱਗਣ ਲੱਗ ਠੰਡ ਲੱਗਣ ਲੱਗ ਪਈ ਹੁਣ ਜਾਂਦੇ ਆਪਾਂ ਅੱਗ ਸੇਕਣ ਜਾ ਬਹਿ ਜਾਓ ਇੱਥੇ ਕੰਬੇ ਦੇ ਆਹ ਵੇਖੋ ਇੱਥੇ ਸਕੂਲ ਆਉਂਦੇ ਖਲੋਤੇ ਹਾਂ ਦੋਸਤੋ ਤੁਸੀਂ ਵੇਖ ਸਕਦੇ ਜਮੀਲਾ ਮੈਲ ਪਿਆ ਲਾਉਂਦਾ ਉਹਨਾਂ ਨੂੰ ਮੈਲ ਤਾਂ ਲਾ ਦਿੱਤਾ ਇਹ ਪਤਾ ਨਹੀਂ ਜਮੀਲਾ ਕਿੰਨੇ ਚਿਰ ਬਾਅਦ ਉਹ ਨਹਾਤਾ ਤੇ ਇੰਨੀ ਮੈਲ ਲੱਤੀ ਨਹੀਂ ਮਿਲਿਆ ਖਾ ਕੇ ਚੈੱਕ ਕਰ ਕਿਹੋ ਜੀ ਨਹੀਂ ਮੈਂ ਤਾਂ ਅੱਗੇ ਰੋ ਪੀਤੀ ਮੇਰਾ ਆਹ ਖਰਾਬ ਹੋ ਜਾਂਦਾ ਆਪਣੇ ਸਮਝ ਜਮੀਨ ਲੈ ਕੇ ਜਾ ਰਹੇ ਨੇ ਚਲੋ ਚਲੋ ਜਲਦੀ ਗੁੜ ਤੇ ਵੀਵਰਸ ਆਹ ਪੂਰ ਤਿਆਰ ਹੋ ਗਿਆ ਜੀ ਹੁਣ ਕੱਢਣ ਦੀਆਂ ਤਿਆਰੀਆਂ ਨੇ ਹਿਲਾਉਂਦੇ ਪਏ ਨੇ ਅਤੇ ਵੀਵਰਸ ਖੁਸ਼ਬੂ ਬਹੁਤ ਹੀ ਜ਼ਬਰਦਸਤ ਆ ਰਹੀ ਜੇ ਗੁੜ ਦੀ ਖੁਸ਼ਬੂ ਅਤੇ ਇੱਧਰ ਆ ਗੰਨਾ ਲੱਭਦੇ ਪਏ ਨੇ ਹੁਣ ਪੂਰ ਨਿਕਲਣ ਲੱਗਣਾ ਉਹਦੇ ਉੱਤੇ ਚੂਲੋ ਲਾਉਣੀ ਹੈ ਗੰਨੇ ਉੱਤੇ ਤਾਂ ਖਾਣਗੇ ਅਤੇ ਆਹ ਗੰਨਾ ਲੱਭਦੇ ਪਏ ਲੱਭਾ ਜੇ ਗੁੜ ਦੀ ਲੱਭ ਗਿਆ ਜੇ ਅਤੇ ਬਸ ਪੂਰ ਲਾਉਣਾ ਹੀ ਹੁਣ ਥੋੜ੍ਹਾ ਜਿਹਾ ਰਹਿ ਗਿਆ ਪੱਕ ਗਿਆ ਪੂਰ ਹੁਣ ਲਾਉਣ ਲੱਗੇ ਨੇ ਬਸ ਤੁਸੀਂ ਵੇਖ ਸਕਦੇ ਇੰਨੀ ਰੋਹ ਪਾਈ ਸੀ ਕਿੰਨੀ ਕੁ ਰਹਿ ਗਈ ਜੇ ਪੱਕ ਕੇ ਅਤੇ ਕਲਰ ਵੀ ਬਰਾਊਨ ਹੋ ਗਿਆ ਜੇ ਪਹਿਲਾਂ ਯੈਲੋ ਸੀ ਚੀਲੋ ਆ ਵੇਖੋ ਚੀਲੋ ਲੱਗੀ ਜੇ ਆ ਜੇ ਖਾ ਕੇ ਦੱਸਣੇ ਆ ਚੀਲੋ ਚੀਲੋ ਅਤੇ ਫਾਈਨਲੀ ਵੀਵਰਸ ਕੰਮ ਪੂਰਾ ਹੋ ਗਿਆ ਜੇ ਗੁੜ ਪੱਕ ਗਿਆ ਜੇ ਅਤੇ ਕੱਢਣਾ ਪਿਆ ਜੇ ਚੀਲੋ ਬਾਹਰ ਹੁਣ ਇਹਦਾ ਗੁੜ ਬਣੇਗਾ ਹੁਣ ਕੜਾਹ ਖਾਲੀ ਹੋ ਗਿਆ ਜੇ ਅਤੇ ਹੁਣ ਨਵੀਂ ਰੋ ਨਵਾਂ ਪੂਰ ਬਣਾਉਣ ਵਾਸਤੇ ਰੋ ਸੱਠੂ ਨੇ ਕੀ ਹੋਇਆ ਦੇ ਦੋ ਆ ਵੇਖੋ ਇਹ ਚੀਜ਼ ਨਿਕਲੀ ਜੇ ਬਸ ਆ ਵੇਖੋ ਇਹ ਚੀਜ਼ ਨਿਕਲੀ ਜੇ ਜ਼ਬਰਦਸਤ ਅਸੀਂ ਖਾਂਦੇ ਹਾਂ ਇਹਨੂੰ ਅਤੇ ਟਰਾਈ ਕਰਕੇ ਦੱਸ ਲਈ ਆ ਵੇਖੋ ਇਹ ਜੇ ਚੀਲੋ ਬਹੁਤ ਜ਼ਬਰਦਸਤ ਬਹੁਤ ਮਜ਼ੇਦਾਰ ਆ ਵੇਖੋ ਚੀਜ਼ ਗੁੜ ਬਣਾਉਣਾ ਸ਼ੁਰੂ ਕੀਤਾ ਐਪ ਫੇਰੀਆਂ ਬਣਾਈਆਂ ਨੇ ਤਾਇਬੂ ਨੇ ਇੰਨੀਆਂ ਕੋ ਅਤੇ ਹੁਣ ਬਾਕੀ ਦੀ ਸ਼ੱਕਰ ਬਣਾਉਣੀ ਹੈ ਬਾਕੀ ਦੀ ਸ਼ੱਕਰ ਬਣਾਉਣੀ ਹੈ ਐਹ ਸ਼ੱਕਰ ਬਣਾਉਂਦੇ ਨੇ ਮਤਲਬ ਕਿ ਪੋੜ ਅਤੇ ਉੱਤੋਂ ਫਿਰ ਉਤਲੇ ਪੋੜ 'ਚ ਗੁੜ ਬਣੇਗਾ ਉਹ ਵਾਲਾ ਜਿਹੜਾ ਉੱਤੇ ਵੇ ਵੇਖੋ ਆਹ ਗੁੜ ਬਣਾਇਆ ਜੇ ਭਾਂਡਾ ਨਖਾਰ ਵਾਲਾ ਕਿੱਥੇ ਜੇ ਹੈਲੋ ਅਤੇ ਚੀਲੋ ਤਾਂ ਖਾ ਲਈ ਹੈ ਆਹ ਗੁੜ ਜਿਹੜਾ ਹੁਣ ਬਣਿਆ ਇਹ ਟੇਸਟ ਕਰਕੇ ਦੱਸ ਨਹੀਂ ਕਹਿੰਦੇ ਤਾਂ ਗਰਮ ਗਰਮ ਬਾਅਦ ਕੜੋ ਕੜਾਉਣਾ ਖਾ ਲਿਆ
ਵਾਓ ਆ ਵੇਖੋ ਹੁਣ ਇੱਥੇ ਲੱਗੀ ਕੜਾਹ ਦੀ ਸਾਈਡ ਸਾਈਡ 'ਤੇ ਲਾਗ ਖਾਈ ਜਾਂਦੇ ਕੜਾਹ ਨਾ ਖਾ ਯਾਰ ਤੁਹਾਨੂੰ ਹਾਂ ਖਾਲੀ ਨਹੀਂ ਆ ਵੇਖੋ ਤੁਸੀਂ ਉਹ ਵੀ ਖਾਣਾ ਪਿਆ ਬਹੁਤ ਜ਼ਬਰਦਸਤ ਹੈ ਕਿ ਨਹੀਂ ਮਜ਼ੇ ਦੀ ਆਸ਼ੂ ਹੈ ਨਹੀਂ ਮਜ਼ੇ ਦੀ ਮਿੱਠੀ ਹੈ ਪਰ ਖਰਾਬ ਸਹੀ ਆਸ਼ੂ ਚਾਦਰ ਲਾ ਕੇ ਸੁੱਟ ਦਿੱਤੀ ਹੁਣ ਕੜਾਹ ਖਾਊਗਾ ਦੀਲ ਵੀ ਦੀਲ ਨੇ ਵੀ ਲਾ ਦਿੱਤੀ ਆ ਦੋਵੇਂ ਜਾਣੀਆਂ ਰਲ ਕੇ ਹੁਣ ਕੜਾਹ ਖਾਊਗੇ ਉਹ ਵਿੱਚ ਨਾ ਟੇਕ ਪਈ ਧਿਆਨ ਦੇ ਨਾਲ ਨਾਲ ਇੱਧਰ ਸ਼ੱਕਰ ਬਣਾ ਕੁੱਟਦੇ ਪਏ ਨੇ ਮੈਂ ਥੋੜ੍ਹਾ ਜਿਹਾ ਗੁੜ ਬਣਾ ਵੀਵਰਸ ਹੁਣ ਗੁੜ ਨਹੀਂ ਚੱਲ ਗਿਆ ਜੀ ਹੁਣ ਅਸੀਂ ਵਾਪਸ ਜਾਂਦੇ ਪਏ ਹਾਂ ਇਹਨਾਂ ਚੂਲੋ ਫਿਰ ਲਿੱਲੀ ਜਵਾਹ ਕਿੱਥੇ ਡੋਲ ਡੋਲ ਉੱਪਰ ਕਰੋ ਆਪਣਾ ਉੱਪਰ ਕਰਕੇ ਦਿਖਾ ਦੇ ਯਾਰ ਐਂ ਵੇਖੋ ਚੂਲੋ ਵੀ ਲਿੱਲੀ ਇੰਨੇ ਤਾਂ ਦੀਨ ਲੈ ਕੇ ਆ ਜਾ ਕੇ ਤਕਸੀਮ ਕਰ ਲੈਣਗੇ ਆਪੇ ਹੀ ਤੁਹਾਨੂੰ ਅਸੀਂ ਚੱਲੇ ਆ ਰਹੇ ਇਸ ਮੇਰਾ ਅੱਡਾ ਵਲੋਗ ਉਮੀਦ ਕਰਨਾ ਤੁਹਾਨੂੰ ਗੁੜ ਬਣਾਉਣ ਦਾ ਤਰੀਕਾ ਸਾਰਾ ਪਸੰਦ ਆਇਆ ਹੈਗਾ ਅਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟਸ ਕਰ ਦਿਓ ਅਤੇ ਅੱਗੇ ਜ਼ਿਆਦਾ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਵੇਖਿਆ ਕਰੋ ਸਾਨੂੰ ਦੋ ਜ਼ਿਆਦਾ ਮਿਲਾਂਗੇ ਨੈਕਸਟ ਵਲੋਗ 'ਚ ਅਗਲੇ ਵਲੋਗ 'ਚ ਉਨੀ ਦੇਰ ਅੱਲਾ ਹਾਫਿਜ਼ ਅੱਲਾ ਹਾਫਿਜ਼।